ਨਮਸਕਾਰ ਆਦਾਪ ਸਸ਼ਟ੍ਰੀਕਾਲ ਐਂਡ ਅ ਵੈਰੀ ਗੁੱਡ ਆਫਟਰਨੂਨ ਮੈਂ ਹਤੁੰਦੀ ਆਪਣੀ ਹੋਸਟ ਅਮਰ ਚੋਹਾਨ ਤੇ ਦਾ ਨਿਊਜ਼ ਨਾਓ ਚ ਇੱਕ ਵਾਰੀ ਪਰਤੀ ਹੈ ਤੁਮ ਦਾ ਸਵਾਗਤ ਹੈ ਦੋਸਤੋ ਅੱਜ ਸਾਢੇ ਕਨੇ ਇੱਕ ਬੜੇ ਮਸ਼ਹੂਰ ਗਾਇਕ ਜਿਹੜੇ ਵਿਵੇਕ ਮੋਹਨ ਹੁੰਦਾ ਨਾਂ ਹੈ ਉਹ ਸਾਢੇ ਕਨੇ ਜੁੜੇ ਦੇ ਆ ਯੰਗਸਟਰਸ ਜਿਹੜੇ ਐਨ ਅੱਜ ਖਾਸ ਕਰ ਇਹ ਉਨੇ ਹੀ ਬੜਾ ਇੱਕ ਮੋਟੀਵੇਸ਼ਨਲ ਯੂ ਨੋ ਇੱਕ ਸਾੜਾ ਇਹ ਮੈਸੇਜ ਜਾਗ ਜਿਹੜੇ ਉਬਰਦੇ ਕਲਾਕਾਰ ਨੇ ਤੇ ਵਿਵੇਕ ਮੋਹਨ ਜੀ ਜਿਹੜੇ ਇੱਕ ਐਸੇ ਸਿੰਗਰ ਹੈ ਜਿਹੜੇ ਹਰ ਕਿਸਮ ਦੇ ਗਾਣੇ ਜਿਹੜੇ ਗਾਉਂਦੇ ਐ ਭਾਵੇਂ ਡੋਗਰੀ ਹੋਵੇ ਪੰਜਾਬੀ ਬਾਲੀਵੁੱਡੋ ਐਪਮੇ ਤੇ ਅੱਜ ਆਓ ਇੰਦੇ ਕਨੇ ਮਿਲਨੇ ਆ ਸਭ ਤੋਂ ਪਹਿਲੇ ਦ ਨਿਊਜ਼ ਨਾਊ ਚ ਤੁੰਦਾ ਬੜਾ ਬੜਾ ਸਵਾਗਤ ਹੈ ਸਰ ਨਮਸਕਾਰ ਜੀ ਥੈਂਕ ਯੂ ਅੱਛਾ ਸਰ ਜੀਆ ਤੁੰਦਾ ਨਾਮ ਹੈ ਵਿਵੇਕ ਮੋਹਨ ਤੇ ਇੱਥੋਂ ਕੇ ਜ਼ਾਹਿਰ ਹੁੰਦਾ ਹੈ ਕਿ ਤੁੰਦਾ ਜਿਹੜਾ ਫੈਮਲੀ ਦਾਟਮੋਸਫੇਅਰ ਹੈ ਉਹਦੇ ਚ ਮਿਊਜ਼ਿਕ ਜਿਹੜਾ ਉਹ ਬੜਾ ਜ਼ਿਆਦਾ ਹੈਨਾ ਐ ਥੋੜਾ ਜਿਹਾ ਆਪਣੇ ਇਸ ਮਤਲਬ ਇਸ ਬਾਰੇ ਥੋੜਾ ਜਿਆ ਦੱਸੋ ਕਿ ਕੀ ਆ ਤੁਸੀਂ ਸਟਾਰਟ ਕੀਤਾ ਕਿ ਮਾਹੌਲ ਹਤੰਦੇ ਕਰਦਾ ਜਿਵੇਂ ਬਚਪਨ ਚ ਮਤਲਬ ਕਿ ਜਿਹੜੇ ਦਾਦੂ ਹੈ ਪੰਡਿਤ ਲਕਸ਼ਮਨ ਦਾਸ ਜੀ ਤੋ ਬੜੇ ਬੜੇ ਮੰਨੇ ਪਰ ਮੰਨੇ ਦੇ ਤਬਲਾਵਾਦਕ ਹੈ ਔਰ ਜਿਹੜੇ ਮੇਰੇ ਫਾਦਰ ਸਾਹਿਬ ਨੇ ਸ਼੍ਰੀ ਬ੍ਰਿਜਮੂ ਜੀ ਉਹ ਬੜੇ ਮਤਲਬ ਕਿ ਮੰਨੇ ਪਰ ਮੰਨੇ ਦੇ ਕੰਪੋਜ਼ਰ ਨੇ ਤੇ ਬਚਪਨ ਚ ਕਿ ਮਤਲਬ ਇਹ ਵਾਲਾ ਐਟਮੋਸਫੇਅਰ ਆ ਸੰਗੀਤ ਦਾ ਐਟਮੋਸਫੇਅਰ ਆ ਜੀ ਜੀ ਤੇ ਬਚਪਨ ਦਾਦੂ ਵਗੈਰਾ ਕੋ ਉੰਦੇ ਮਤਲਬ ਕਿ ਜਿਹੜੇ ਸ਼ਾਗਿਰਦ ਹੋ ਆਂਦੇ ਹੋ ਔਰ ਉਹਨਾਂ ਕੋਲ ਸਿੱਖਦੇ ਹੈ ਔਰ ਪਾਪਾ ਪਾਪਾ ਵੀ ਮਤਲਬ ਕਿ ਟੂਨਾ ਵਗੈਰਾ ਜੇਲੇ ਬਣਾਉਂਦੇ ਤੇ ਉਸਲੇ ਉਸਲੇ ਮੈਂ ਮਤਲਬ ਕਿ ਨਿੱਕਾ ਗਿਆ ਤੇ ਉਸ ਵੇਲੇ ਮੇਰੇ ਮਤਲਬ ਕਿ ਮੇਰੇ 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 ਕੰਨੇ ਚੋਕੜੇ ਸੂਰਪ ਹੁੰਦੇ ਤੇ ਬਚਪਨ ਚ ਕੇ ਮਤਲਬ ਉਹ ਵਾਲੇ ਹਟਮੋਸਰ ਹੈ ਬੋਲ ਅੱਛਾ ਤੇ ਤੂੰ ਕਿਸ ਕਿਸਮ ਦੇ ਮਤਲਬ ਜ਼ਿਆਦਾ ਗਾਣੇ ਪਸੰਦ ਕਰਦੇ ਹੋ ਜੀਆਂ ਲਾਈਟ ਸਿੰਗਿੰਗ ਪਸੰਦ ਹੈ ਤੁਸੇ ਜਾਂ ਕਲਾਸਿਕਲ ਨਹੀਂ ਦੋਨੇ ਹੈ ਲੇਕਿਨ ਜ਼ਿਆਦਾ ਜ਼ਿਆਦਾ ਮੈਂ ਕਲਾਸਿਕਲ ਉੱਪਰ ਮਤਲਬ ਕਿ ਜ਼ਿਆਦਾ ਜਿਹੜਾ ਮਿੱਗੀ ਮਤਲਬ ਕਲਾਸਿਕਲ ਪਸੰਦ ਆ ਜ਼ਿਆਦਾ ਜੀ ਅੱਛਾ ਕਲਾਸਿਕਲ ਤੇ ਅੱਜ ਫੇਰ ਸਾਡੇ ਦਰਸ਼ਕਾਂ ਹੀ ਥੋੜਾ ਜਿਹਾ ਕੁਝ ਸੁਣਾ ਸਾ ਜਨਪ੍ਰੀਤ ਲਗਾ ਕੇ ਦੂ ਦੇਸ ਮਤਜਾਨਾ देश मत जान बसो हमारे नगरी में मोह सुंदर मुख दिखला जा है मोह सुंदर मुख दिखला, मुख दिखला, दिख कदिया मिल मिलसांवल यार वे कदिया मिल किलसाव यार वे मेरे मेरूलूं चीख पुकार वे मेरे लूलू चीख पुकार वे कदिया मिल सांवल यार वे ਬਿਊਟੀਫੁੱਲ ਤੁਸੀਂ ਆਵਾਜ਼ ਬੜੀ ਅੱਛੀ ਹੈ ਅੱਛਾ ਉਹ ਜੀਆਂ سارے ਬੜੇ سارے ਕਲਾਕਾਰ ਜਿਹੜੇ ਉਭਰਦੇ ਕਲਾਕਾਰ ਹੈ ਮੈਂ ਉਹਨਾਂ ਦੇ ਬਾਰੇ ਚ ਗੱਲ ਕਰਨਾ ਚਾਹਨੀ ਆ ਤੁਸ ਕੀ ਟਿਪਸ ਦੇਣਾ ਚਾਹੁੰਦੇ ਹੋ ਕਿ ਉਹਨੇ ਕਿਸ ਕਿਸਮ ਦਾ ਰਿਆਜ਼ ਜੀਆਂ ਟਾਈਮਿੰਗਸ ਅਗਰ ਅੱਜ ਕੱਲ ਦੇ ਟਾਈਮ 'ਚ ਹਰ ਕੋਈ ਬਿਜ਼ੀ ਹੈ ਤੇ ਕਿੰਿਆ ਉਸੀ ਉਹਨੇ ਮਤਲਬ ਮੈਨੇਜ ਕਰਨਾ ਚਾਹੀਦਾ ਹੈ ਅੱਜ ਕੱਲ ਦਾ ਜਿਹੜਾ ਸਮੇਂ ਆ ਉਹ 'ਚ ਮਤਲਬ ਕਿ ਜਿੰਨੇ ਵੀ ਜਿੰਨੇ ਵੀ ਯੰਗਸਟਰ ਨੇ ਆਪਣਾ ਜਿਹੜਾ 뮤ਜ਼ਿਕ ਹੈ ਆਪਣਾ ਜਿਹੜਾ ਸ਼ਾਸਤਰੀਏ ਸੰਗੀਤ ਹੈ ਜਿਹੜਾ ਕਲਾਸਿਕਲ 뮤ਜ਼ਿਕ ਹੈ ਉਹਨੇ ਕਿ ਉਹ ਮਤਲਬ ਪੁੱਲ ਆ ਰਹੇ ਨੇ ਤੇ ਜਿਹੜਾ ਸਾਡਾ ਸ਼ਾਸਤਰੀ ਸੰਗੀਤ ਹੈ ਸ਼ਾਸਤਰੀ 뮤직 ਹੈ ਉਹਨੇ ਨਹੀਂ ਭੁੱਲੋ ਐ ਅਗਰ ਅਗਰ ਜਿਹੜਾ ਇਨਸਾਨ ਸ਼ਾਸਤਰੀ ਸੰਗੀਤ ਗਾਈ ਸਕਦਾ ਉਹ ਉਹ ਕੁਝ ਵੀ ਗਾਈ ਸਕਦਾ ਇਹ ਤੇ ਅਸ ਵੀ ਸਿਖਾ ਰਹੇ ਕਿ ਆਏ ਯਾ ਮਤਲਬ ਇਹ ਤੇ ਅਸ ਬਿਲਕੁਲ ਸਿਖਾ ਰਹੇ ਆ ਅਸ ਵੀ ਸ਼ਾਸਤਰੀ 뮤직 ਇੱਕ ਐਸਾ ਹੈ ਕਿ ਉਹ ਬਿਲਕੁਲ ਇੱਕ ਸਮੁੰਦਰੰਗਰ ਹੈ ਤੇ ਆਸਤੇ ਖਾਲੀ ਹੋ ਰਿਹਾ ਇੱਕ ਕਤਰ ਹੈ ਬਿਲਕੁਲ अच्छा जी ਹੁੰਦਾ ਨੇ ਫਾਦਰ ਕੋਲ ਕਾਫੀ ਸਾਰੇ ਉਹਨੇ ਵੱਡੇ ਵੱਡੇ ਗਾਇਕਾਂ ਕੋਲੋਂ ਗਾਣੇ ਜਿਹੜੇ ਗਵਾਏਦੇ ਐ ਤੇ ਤੁਸੀਂ ਜ਼ਾਹਿਰ ਹੈ ਬੜਾ ਫਕਰ ਮਹਿਸੂਸ ਹੁੰਦਾ ਕਿ ਤੁਸੀਂ ਆਪਣੇ ਇਹ ਫਾਦਰ ਦਾ ਮਤਲਬ ਨਾਂ ਲਈਏ ਤੁਸੀਂ ਕੀ ਜਿਆ ਮਹਿਸੂਸ ਹੁੰਦਾ ਬੜਾ ਸਟੂਪਿਡ ਕੁਐਸਚਨ ਆਮ ਸੌਰੀ ਲੇਕਿਨ ਫਿਰ ਵੀ ਮੈਂ ਜਾਨਣਾ ਚਾਹਨੀ ਆ ਨਹੀਂ ਹਾਂ ਜੀ ਉਹ ਤੇ ਬੜੇ ਮਤਲਬ ਇੱਕ ਹੁੰਦਾ ਇੱਕ ਨਾਮ ਹੈ ਇੱਕ ਹੁੰਦਾ ਕ੍ਰੂਤਬਾ ਤੇ ਉਹ ਉਹ ਜਦੋਂ ਮੁੰਬਈ ਗਏ ਤੇ ਰਿਚਰਡ ਸ਼ਰਮਾ ਕਵਿਤਾ ਗ੍ਰਿਸ਼ਣ ਮੁਰਤੀ ਮੈਂ ਹੁੰਦੇ ਕਿ ਨੇ ਮਿਲਿਆ ਜੀ ਤੇ ਉਹ ਮਤਲਬ ਕਿ ਕਾਫੀ ਸਟਿਕ ਸਟ੍ਰਿਕਟ ਮਤਲਬ ਕਿ ਟਾਈਪ ਦੇ ਨਾ ਆਪਣੇ ਉਹ 뮤직 ਚ ਕੰਪਰੋਮਾਈਜ਼ ਨਹੀਂ ਕਰਦੇ ਹਨ ਉਹਦੀ ਜਿਹੜੀ ਸਾਰੋ ਖਰਾ ਵੱਡੀ ਗੱਲ ਹੈ ਕੰਪਰੋਮਾਈਜ਼ ਨਹੀਂ ਕਰਦੇ ਹਨ ਅਗਰ ਕੁਆਲਿਟੀ ਮਤਲਬ ਹੋਣੀ ਚਾਹੀਦੀ ਹੈ ਕੁਆਲਿਟੀ ਹਾਂਜੀ ਹਾਂਜੀ ਅਗਰ ਉਹ ਅਗਰ ਮੈਂ ਵੀ ਗਾ ਰਹਾ ਹਾਂ ਗਾ ਰਹਾ ਹਾਂ ਨਾ ਤੇ ਮੀਂਹ ਵੀ ਡਾਂਟ ਦੇਣਾ ਆਹ ਦੇ ਕਿ ਨਹੀਂ ਆਏ ਜਿੰਦੇ ਕਿ ਬਿਲਕੁਲ ਸਹੀ ਸੁਰ ਨਹੀਂ ਲੱਗੇਗਾ ਉਹਦੇ ਤੱਕ ਰੱਗੇ ਨਹੀਂ ਬਦਨਾ ਮਤਲਬ ਕਿ ਅਗਰ ਕੋਈ ਗਾਣਾ ਲੈ ਗਾਣਾ ਸਗਾ ਰਹੇ ਆ ਅਗਰ ਕੋਈ ਸਥਾਈ ਹੈ ਜਿੰਦੇ ਕਿ ਸਥਾਈ ਪੂਰੀ ਕਲੀਅਰ ਨਹੀਂ ਹੋਗ ਉਹ ਅੰਤਰ ਉੱਪਰ ਜਾਂਦੇ ਕਹਿੰਦੇ ਆ ਚਾਹੇ ਸਥਾਈਗੀ ਸਥਾਈਗੀ ਕਰਾਂਦੇ ਕਰਾਂਦੇ ਚਾਹੇ ਮਤਲਬ ਮੀਂਹ ਨਾ ਲੱਗੀ ਆ ਅੱਛਾ ਅੱਛਾ ਸਟ੍ਰਿਕਟਨੈਸ ਦੀ ਹੁਣ ਤੁਸੀਂ ਗੱਲ ਕਰਾ ਰਹੇ ਹੋ ਤੇ ਇਹਦਾ ਮਤਲਬ ਤੁਸੀਂ ਬਚਪਨ ਤੋਂ ਕਾਫੀ ਜ਼ਿਆਦਾ ਡਾਂਟ ਪਈ ਰਹੀ ਹੈ ਆਪਣੇ ਪਾਪਾ ਵੱਲੋਂ 뮤직 ਤੁਸੀਂ ਜਿਹੜਾ ਅੱਜ ਇੰਨਾ ਸ਼ੈਲ ਤੁਸੀਂ ਗਾ ਦੇ ਹੋ ਇਹਦਾ ਮਤਲਬ ਪਿੱਛੇ ਜਿਹੜਾ ਆਥ ਹੈ ਹੁੰਦਾ ਹੀ ਹੈ ਹਾਂਜੀ ਹਾਂਜੀ ਐਸਾ ਬਿਲਕੁਲ ਮਤਲਬ ਕਿ ਹੁੰਦਾ ਹੀ ਆਥ ਹੈ ਤੇ ਜਿੱਲੇ ਅਸ ਮਤਲਬ ਕਿ ਰਿਆਜ਼ ਨਹੀਂ ਕਰਦੇ ਹੋ ਸਵੇਰੇ ਸਵੇਰੇ ਠਵਾਲਦੇ ਹੈ 5 ਵਜੇ ਕੰਨੂ ਨੇ ਠਵਾਲਣਾ ਆਪੇ ਵੀ ਉੱਠਣਾ ਤੇ ਕੰਨੇ ਰਿਆਜ਼ ਕਰਾਣਾ ਆਪੇ ਵੀ ਬੈਠਣਾ ਤੇ ਸਵੇਰੇ ਸਵੇਰੇ ਮਤਲਬ ਕਿ ਰਿਆਜ਼ ਕਰਾਂਦੇ ਹੈ ਸਵੇਰੇ ਸਵੇਰੇ ਕੋਈ ਰਾਗ ਲੈ ਲੈ ਕੋਈ ਪਲਟੇ ਛਲਟੇ ਲੈ ਲੈ ਤੇ ਹੁੰਦਾ ਮਤਲਬ ਕਿ ਅਗਰ ਅੱਜ ਮੈਂ ਅਗਰ ਕੁਝ ਵੀ ਗਾ ਰਹਾ ਤੇ ਉਹ ਹੁੰਦਾ ਕਿ ਆਥ ਹੈ ਅੱਛਾ ਇੱਥੇ ਮੈਂ ਸਾਡੇ ਦਰਸ਼ਕਾਂ ਨੂੰ ਦੱਸਣਾ ਚਾਹਨੀ ਆ ਕਿ ਜੀਆਂ ਹਾਰਮੋਨੀਅਮ ਵਗੈਰਾ ਸਰ ਜੀਆਂ ਆ ਦੇ ਕੀ ਪ੍ਰੈਕਟਿਸ ਕਰੋ ਘਰ ਤੇ ਥੋੜਾ ਜਿਹਾ ਮੈਂ ਵੀ ਇਹ ਆਖਣਾ ਚਾਹਨੀ ਆ ਕਿ ਜੇ ਤੁਸੀਂ ਪ੍ਰੈਕਟਿਸ ਕਰਨਾ ਚਾਹੁੰਦੇ ਹੋ ਅੱਜਕੱਲ ਐਪਸ ਬੜੇ ਮੋਬਾਈਲ 'ਚ ਚੱਲੇ ਰਹੇ ਆ ਜੀਆਂ ਤਾਨਪੁਰਾ ਐਂਡਰੋਇਡ ਐਪ ਹੈ ਇਸ ਬਾਰੇ ਸੁੰਦਰ ਕੀ ਆਖਣਾ ਥੋੜਾ ਜਿਹਾ ਮੈਸੇਜ ਦੇ ਦਿਓ ਨੀ ਤਾਨਪੁਰੇ ਕਨੇ ਜਿਹੜਾ ਤਾਨਪੁਰਾ ਹੈ ਤਾਨਪੁਰੇ ਕਨੇ ਬੰਦਾ ਉਸਲੇ ਪ੍ਰੈਕਟਿਸ ਕਰੇ ਕਿ ਜਿੱਲੇ ਤੁੰਦੇ ਸੁਰ ਪੱਕੇ ਹੋਈ ਜਾਂਦੇ ਸੁਰ ਸੁਰ ਕੀ ਪਕਾਣੇ ਆਸਤੇ ਤੁਹਾਨੂੰ ਅਭਿਆਸ ਚਾਰਾ ਅਲੰਕਾਰਿਆਂ ਦਾ ਜਿੰਨਾ ਤੂੰ ਤੁਸੀਂ ਅਲੰਕਾਰਿਆਂ ਦਾ ਅਭਿਆਸ ਕਰਗੇ ਉਹਨਾਂ ਤੂੰ ਅੱਗੇ ਵਧ ਕੇ ਜਿੰਨਾ ਅਲੰਕਾਰ ਹੋਈ ਇਹ ਫਿਰ ਉਹਦੇ ਬਾਅਦ ਰਾਗ ਆ ਜਾਂਦੇ ਨੇ ਰਾਗ ਸਿੱਖੋ ਕੁਸੇ ਅੱਛੇ ਜੇ ਮਤਲਬ ਕਿ ਜਿਹੜੇ ਗੁਰੂ ਨੂੰ ਗੁਰੂ ਧਾਰੋ ਤੇ ਉਹਦੇ ਕੋਲ ਅੱਛੀ ਤਾਲੀਮ ਲਾਓ ਰਾਗ ਵਗੈਰਾ ਸਿੱਖੋ ਅੱਜ ਕੱਲ ਦੀ ਜਿਹੜੀ ਜਨਰੇਸ਼ਨ ਹੈ ਉਹ ਲਾਈਟ 뮤직 ਆਰੇ ਪਾਸੇ ਮਤਲਬ ਜ਼ਿਆਦਾ ਜਾ ਰਹੀ ਹੈ ਤੇ ਆਪਣੇ ਅਗਰ ਲਾਈਟ 뮤직 ਵੀ ਅਗਰ ਜਿਹੜਾ ਕਲਾਸਿਕਲ 뮤직 ਹੈ ਔਰ ਲਾਈਟ 뮤직 ਅਗਰ ਜਿੰਨੇ ਵੀ ਬੰਦੇ ਨੇ ਗਾਣਾ ਗਾਣਾ ਹੈ ਤੇ ਔਰ ਐਸੇ ਬੜੀ ਹੈਲਪ ਕਰਦਾ ਹੈ ਅਗਰ ਜਿਹੜੇ ਬੰਦੇ ਕਲਾਸਿਕਲ 뮤직 ਆਂਦੋ ਹੋ ਤੇ ਨੇਚਰਲੀ ਉਸੇ ਉਹ ਤੇ ਕੁਝ ਵੀ ਗਾਈ ਸਕਦਾ ਤੇ ਆਪਣਾ ਜਿਹੜਾ ਫੋਕਸ ਹੈ ਫੋਕਸ ਆਪਣਾ ਕਲਾਸਿਕਲ ਉੱਪਰ ਰੱਖੋ ਤੇ ਕਲਾਸਿਕਲ 뮤직 ਨਹੀਂ ਛੱਡੋ ਆਪਣੇ ਜਿਹੜੀ ਨੀਬ ਹੈ ਨਾ ਅਗਰ ਜਿੰਨਾ ਅਗਰ ਮੈਥ ਮੈਥ ਦੇ ਕੁਐਸਚਨ ਹੋਵੇ ਸੋਲਵ ਕਰ ਸਕਦਾ ਤੇ ਸਮ ਹੋਵੇ ਸੋਲਵ ਕਰ ਸਕਦਾ ਜਿਹੜੇ ਬੰਦੇ ਟੇਬਲ ਆਂਦੇ ਹੋਣਗੇ ਜਿਹੜੇ ਬੰਦੇ ਟੇਬਲ ਨਹੀਂ ਆਂਦੇ ਹੋਣਗੇ ਉਹ ਤੇ ਸੋਲਵ ਨਹੀਂ ਕਰ ਸਕਦਾ ਤਾਂ ਕਿ ਗਾਣਾ ਅੱਛਾ ਹੋਵੇਗਾ ਇਸਦਾ ਜਿਹੜੇ ਬੰਦੇ ਕਲਾਸਿਕਲ ਆਂਦੋ ਆ ਬਿਲਕੁਲ ਉਨੀ ਕਲੈਟਿਕ ਨੇ ਉਨਾ ਸੁਰੀਲਾ ਨਹੀਂ ਗਾਇ ਸਕਦਾ ਉਨੀ ਹੁੰਦੀ ਹੈ ਸਾਫਰਕਤਨੀ ਮਤਲਬ ਕਿ ਉਹ ਨਿਕਲੀ ਸਕਦੀ ਹੈ ਤੇ ਬੜੀ ਨੇ ਇੱਕ ਸ਼ੈਲਗਾ ਲਾਖੀ ਕੀ ਪਹਿਲੇ ਵੀ ਤੁਸੇ ਅਗਰ ਸਿੰਗਰਸ ਕਰ ਲੈ ਮਨਾ ਲੈ ਹੁਣ ਇਤਿਹਾਸ ਇਹ ਚੀਜ਼ ਤੁਸੇ ਯਾ ਕਰਨਿਆ ਕਿ ਕੋਈ ਵੀ ਚੀਜ਼ ਸਿੱਖਨੇ ਆਸੇ ਸਭ ਤੋਂ ਪਹਿਲੀ ਜਿਹੜੀ ਜੀਆਂ ਅਗਰ ਐਸੇ ਉੱਪਰ ਚਲਣਾ ਹੈ ਉੱਪਰ ਚੜ੍ਹਨਾ ਹੈ ਤੇ ਪਹਿਲੀ ਸੀੜੀ ਉੱਪਰ ਪੈਰ ਰੱਖਣਾ ਜ਼ਰੂਰੀ ਹੈ ਭਾਵੇਂ ਉਹ ਕੋਈ ਵੀ ਫੀਲਡ ਹੋਏ ਤੇ 뮤직 ਚ ਸਭ ਤੋਂ ਪਹਿਲੀ ਸੀੜੀ ਜਿਹੜੀ ਹੈ ਉਹ ਅਲੰਕਾਰ ਹੈ ਜੀਆਂ ਜਿਸੇ ਆ ਸਾਰੇ ਗਮ ਆਖਣਿਆ ਤੇ ਇਸਰ ਸਾਹ ਲਗਾਉਣ ਦਾ ਜਿਹੜਾ ਤਰੀਕਾ ਹੈ ਥੋੜਾ ਜਿਹਾ ਉਹ ਵੀ ਗਾਈਡ ਕਰਿਓ ਰ ਸਟੂਡੈਂਟਸ ਕੀ ਜੀਆਂ ਕਿੰਨੀ ਧੀਰ ਲਾਣਾ ਚਾਹੀਦਾ ਬਰੀਥ ਇਨ ਬਰੀਥ ਆਊਟ ਉਹਦਾ ਕਰੇ ਪ੍ਰੋਸੈਸ ਹੈ ਥ ਜਿੰਗਾ ਤੁਸੇ ਸਾਹ ਬੋਲਿਆ ਸਾਹ ਤੇ ਓਮ ਇੱਕੋ ਹੈ। ਇਹ ਅਗਰ ਤੁਸੇ ਸਾਹ ਅਗਰ ਤੁਸੇ ਲਗਾਉਂਦੇ ਹੋ ਅਗਰ ਸਵੇਰੇ ਵੀ 1 ਘੰਟਾ ਲਗਾਉਂਦੇ ਹੋ ਤੇ 1 ਘੰਟਾ ਸਵੇਰੇ ਲਗਾਓ ਤੇ 1 ਘੰਟਾ ਸ਼ਾਮੀ ਲਗਾਓ ਤੇ ਹੋਰੇ ਕੰਨੇ ਹੋਣਾ ਕਿ ਤੁੰਦੇ ਜਿੰਨੇ ਵੀ ਸੂਰਨੋਂ ਸਾਰੇ ਪੱਕਿਏ ਨੇ ਪੱਕਿਓ ਹੀ ਜਾਣੇ। ਬੇਸਿਕਲੀ ਜਿਹੜਾ ਰੇ ਆ ਰੇ ਵੀ ਸਾਗਿਆ। ਹਾਂਜੀ। ਜਿਹੜੇ ਮਤਲਬ ਕਿ ਸਤ ਸੂਰਨ ਬੇਸਿਕਲੀ ਸਾਰੇ ਸਾਗਿਆ। ਤੇ ਇਹ ਕਿ ਤੁਸ ਸਾਹ ਕਰਦਾ ਮਤਲਬ ਕੀ ਹੋ ਰਹਾ ਹੋਰਾ ਮਤਲਬ ਰਿਆਜ਼ ਕਰੋ ਹੋਰਾ ਅੱਛੇ ਤਰੀਕੇ ਕਨੇ ਰਿਆਜ਼ ਕਰੋ। ਉਸੇ ਮਤਲਬ ਕਿ ਅਗਰ ਜਿਹੜਾ ਬੰਦਾ ਮਤਲਬ ਕਿ ਸਾਗਰ ਸਾ ਸਾਗੀ ਜਿਹੜੇ ਬੰਦੇ ਨੇ ਸਾਦੀ ਲਿਆ ਤੇ ਬਾਕੀ ਜਿਹੜੇ ਸਾਰੇ ਸੁਰ ਸਦੀ ਆਣ ਬਿਲਕੁਲ ਕਿਉਂਕਿ ਪੇਸ਼ੈਂਟਸ ਜਿਹੜਾ ਅੱਜ ਕੱਲ ਸਾਰਿਆਂ ਚ ਨਹੀਂ ਹੈ ਆ ਸਾੜੇ ਚ ਵੀ ਨਹੀਂ ਹੈ ਜਲਦੀ ਅਸ ਹੀ ਆ ਹੋ ਜਾਂਦੇ ਆ ਕਿ ਨਹੀਂ ਸਾ 1 ਘੰਟੇ ਤੱਕ ਸਿਰਫ ਸਾ ਲਗਾਣਾ ਪਰ ਇਹ ਗੱਲ ਸੱਚ ਹੈ ਮੈਂ ਵੀ ਮਾਸਟਰਸ ਕੀਤੀ ਦੀ ਹੈ 뮤ਜ਼ਿਕ ਚ ਅਸੀਂ ਵੀ ਜਿੱਲੇ ਸਿੱਖਦੇ ਹੁੰਦੇ ਇਹ ਤੇ ਸਾੜੇਆ ਜਿਹੜਾ ਪੀਰੀਅਡ ਜਿੱਲੇ ਲੱਗਦਾ ਹੁੰਦਾ ਅਸੀਂ 1 ਘੰਟਾ ਸਿਰਫ ਸਾ ਲਗਵਾਉਂਦੇ ਹੇ ਤੇ ਇਹ ਗੱਲ ਸੱਚ ਹੈ ਕਿ ਜਿਹੜਾ ਸਿੱਖਣੇ ਆਸਤੇ ਜਿਹੜਾ ਸਾਰੇ ਗਾਮਾ ਬੜਾ ਜ਼ਿਆਦਾ ਜ਼ਰੂਰੀ ਹੈ ਅੱਛਾ ਆਖਰ ਦੋ ਲਾਈਨਾਂ ਮੈਂ ਚਾਹਨੀ ਆ ਸਰ ਥੋੜਾ ਦਰਸ਼ਕਾਂ ਕਨੇ ਗੱਲ ਕਰਨਾ ਚਾਹੀਏ ਸੁਗੰਦੀ ਗੋਇਲ ਜਿਹੜੀਆਂ ਸਾਡੇ ਜੰਮੂ ਦੀਆਂ ਧੀ ਹੀ ਉਹਦੀ ਡੈਥ ਹੋਈ ਹੈ ਦੀ ਹੈ ਉਹਨੇ ਕੁਝ ਬ੍ਰੇਨ ਇਨਫੈਕਸ਼ਨ ਹਾ ਜਦੀ ਵਜੇ ਕਨੇ ਉਹਦੀ ਅੱਜ ਸਵੇਰੇ ਡੈਥ ਹੋਈ ਹੈ ਤੇ ਮੈਂ ਇਨੀ ਰਿਕੁਐਸਟ ਕਰਨ ਕਿ ਇੱਕ ਛੋਟਾ ਜਿਹਾ ਗਾਣਾ ਉਹਨੇ ਜਿਹੜਾ ਹੈ ਡੈਡੀਕੇਟ ਕਰਨ ਚਿੱਠੀ ਨ ਕੋਈ ਸੰਦੇਸ ਜਾਣੇ ਉਹ ਕੋਨੇ ਸੰਦੇਸ जहा तुम चले गए चिट्ठी न कोई संदेश जाने वो कौन सदेश जहा तुम चले गए चिट्ठी न कोई संदेश जाने वो कौन सदेश जहाँ तुम चलेंगे जहाँ तुम चलेंगे चिट्ठी न कोई सन्देश जाने वो कौन संदेश जहाँ तुम चलेंगे थैंक यू सो मच न्यूज़ नौ कने जुन्या से तुंदा बड़ा बड़ा धन्यवाद सर तुंदा भी बड़ा धन्यवाद थैंक यू सो मच ਏ ਸੁਗੰਦੀ ਗੋਇਲ ਕਨੇ ਜਿਹੜਾ ਆਤਸਾ ਹੋਇਆ ਸਾਰੇ ਨਿਊਜ਼ ਨਾਊ ਦੀ ਪੂਰੀ ਟੀਮ ਦੀ ਤਰਫਾਸ ਇਹ ਆਖਨੀ ਆ ਕਿ ਉਹਦੇ ਉਹਦੇ ਪਰਿਵਾਰ ਕੀ ਜਿਹੜਾ ਈਸ਼ਵਰ ਉਹ ਇਨਾ ਵੱਡਾ ਸਦਮਾ ਜਿਹੜਾ ਬਰਦਾਸ਼ਤ ਕਰਨ ਦੀ ਸ਼ਕਤੀ ਦੇ ਕੱਲ ਦੁਬਾਰਾ ਮਿਲਗੇ ਇੱਕ ਨਵੇਂ ਟੌਪਿਕ ਉੱਪਰ ਕੀਪ ਵਾਚਿੰਗ ਦ ਨਿਊਜ਼ ਨਾਊ